शहीदों की मजारों पर लगेंगे हर बरस मेले, शहीदों की मजारों पर लगेंगे हर बरस मेले, वतन की आबरू पर मर मिटने वालों का यही निशा होगा। आज मेरा 300 साल हो गया खिदराए दे उस साके जिदों कौम दे चारी मुक्तियां ने इस खिदराए की ताप पे इम्तिहान दिता सी। ए पता नहीं ए केरी डोर है जेरी हर साल सानू इस खिदराए की धरती नू सिजदा करने वास्ते सानू पीड़ी दर पीड़ी दर पीड़ी इस मुकद्दस ते मुबारक थां ते सानू खिंच के लिआउंदी है। हाजरीन, किसे उर्दू के शायर ने बड़ा सोहना नक्शा उस समय का खिंचया जदों भाई महा सिंह भाई महा सिंह दशमेश पिता कोलों ਉਹ ਬੇਦਾਵਾ ਪੜਾਉਣ ਵਾਸਤੇ ਜਦੋਂ ਉਹਨਾਂ ਨੇ ਹੱਥ ਕੱਢਿਆ ਤਾਂ ਕਿਸੇ ਸ਼ਾਇਰ ਨੇ ਲਿਖਿਆ ਔਰ ਇੱਥੇ ਇੱਕ ਤਰਫ ਅਪਰਾਧ ਉਮਰ ਖਾਬ ਰਾਹਤ ਨੇ ਔਰ ਪੈਗੰਬਰ ਕੀ ਜ਼ੁਬਾਨ ਤੇ ਵਕਫਾ ਦੁਆ ਸੀ ਫਿਕਰ ਉਮਰ ਤੇ ਇਹ ਪੁਰ ਅਨਵਾਰ ਹਕੀਆ ਅਸ਼ਕ ਦੀ ਲੜੀਆਂ ਪਰੋਤੀ ਸੀ ਖੁਦਾ ਦੇ ਸਾਹਮਣੇ ਹਲਕੇ ਖੁਦਾ ਕੇ ਗਮ ਦੇ ਰੋਤੀ ਸੀ। ਹਾਜ਼ਰੀਨ, ਜਦੋਂ ਵੀ ਇਹ ਦੁਨੀਆ ਸਜੀ ਹੈ ਤੁਸੀਂ ਕੋਈ ਗ੍ਰੰਥ ਪੜ੍ਹ ਲਓ, ਕੋਈ ਦੁਨੀਆ ਦਾ ਕੋਈ ਫਲਸਫਾ ਪੜ੍ਹ ਲਓ, ਇਹ ਜਦੋਂ ਵੀ ਦੁਨੀਆ ਸਜੀ ਹੈ ਦੁਨੀਆ ਦੇ ਵਿੱਚ ਨੇਕੀ ਤੇ ਬਦੀ ਦੀ ਜੰਗ ਜਿਹੜੀ ਹੈ ਇਹ ਚੱਲੀ ਆਈ ਹੈ। ਇਹ ਭਾਵੇਂ ਤੁਸੀਂ ਮਹਾਭਾਰਤ ਦਾ ਗ੍ਰੰਥ ਪੜ੍ਹ ਲਓ, ਤੁਸੀਂ ਰਮਾਇਣ ਪੜ੍ਹ ਲਓ, दुनिया के किसी खिते का तुम ग्रंथ पढ़ लो, पर उस फलसफे भी यही गल लिखी है जो खिदराए की ढाप से अज तुम अज लखा की गिनती के अज खिदराए की ढाप से अज लोग उन्होंने शहीदों को प्रणाम कर रहे हैं, अज स्नान कर रहे हैं, पर वीरो इस गल की ਇਹ ਤਸਦੀਕ ਵੀ ਕਰਨ ਆਏ ਹੈ। ਇਸ ਗੱਲ ਦੀ ਤਸਦੀਕ ਹੈ ਕਿ ਜਦੋਂ ਨੇਕੀ ਤੇ ਬਦੀ ਦੀ ਜੰਗ ਹੁੰਦੀ ਹੈ ਜਿੱਤ ਜਿਹੜੀ ਹੈ ਉਹ ਹਮੇਸ਼ਾ ਉਹ ਨੇਕੀ ਦੀ ਹੁੰਦੀ ਹੈ, ਸੱਚਾਈ ਦੀ ਹੁੰਦੀ ਹੈ। ਇੱਕ ਪੰਜਾਬੀ ਦੇ ਬੜੇ ਮਸ਼ਹੂਰ ਕਵੀ ਹੋਏ ਨੇ ਕਰਤਾਰ ਸਿੰਘ ਵਲੰਗਰ ਤੇ ਕਰਤਾਰ ਸਿੰਘ ਵਲੰਗਰ ਦੀਆਂ चार सत्रह मेरे दिमाग के विच आज भी नक्श है। वो कहता है जो भी देश नू खून की लोड़ पै गई, जो भी देश नू खून की लोड़ पै गई हम ही हस के भरी पंजाबी आ गए, जो भी जुल्म की नदी के विच टांग आई सारा मार के तरी पंजाबी आ गए, ਚੌਹਾਂ ਪਾਸਿਆਂ ਤੋਂ ਕਿਤੋਂ ਆਈ ਗੋਲੀ ਪਹਿਲਾਂ ਹਿੱਕ ਤੇ ਜਿਹੜੀ ਪੰਜਾਬੀ ਆ ਗਏ। ਤੇ ਕਹਿੰਦਾ ਪੰਜਾਂ ਦਰਿਆਵਾਂ ਦੀ ਹੈ ਤੰਤ ਜੱਗ ਉੱਤੇ ਜਿਹੜੀ ਮੌਤ ਦੇ ਹਿੱਕ ਤੇ ਨੱਚਦੀ ਹੈ, ਇੱਕ ਮਾਂ ਪੰਜਾਬਣ ਹੈ, ਇੱਕ ਮਾਂ ਪੰਜਾਬਣ ਹੈ, ਅਣਖ ਬਦਲੇ ਜਿਹੜੀ ਪੁੱਤ ਬਣਵਾ ਕੇ ਹੱਸਦੀ ਹੈ। ਅਸੀਂ ਵੀਰੋ ਉਹ ਸਾਨੂੰ ਅੱਜ ਖਿਦਰਾਏ ਦੀ ਮਿੱਟੀ ਨੂੰ ਨਮਸਕਾਰ ਕਰਨ ਵਾਸਤੇ ਅੱਜ ਵੀਰੋ ਅਸੀਂ ਇੱਡੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅੱਜ ਅਸੀਂ ਇਕੱਠੇ ਹੋਏ ਹਾਂ। ਦੋਸਤੋ, ਸਿਆਣੇ ਇਹ ਕਿਹਾ ਕਰਦੇ ਹੈ ਕਿ ਜੱਗ ਤੇ ਹਮੇਸ਼ਾ ਉਹਨਾਂ ਆਲਮਿਆਂ ਦੀਆਂ ਗੱਲਾਂ ਹੁੰਦੀਆਂ ਜਿਹਨਾਂ ਆਲਮਿਆਂ ਤੇ ਬਿਜਲੀਆਂ ਡਿੱਗਦੀਆਂ ਨੇ। ਇਹ ਪੰਜਾਬ ਦਾ ਜਿਹੜਾ ਕਲਚਰ, ਪੰਜਾਬ ਦੀ ਜਿਹੜੀ ਸਕਾਫਤ ਹੈ ਵੀਰੋ, ਇਹਦੇ ਵਿੱਚ ਬਹਾਦਰੀ ਜਿਹੜੀ ਹੈ
ਇਹਦਾ ਬੜਾ ਖੁੱਲ ਡੁੱਲ ਕੇ ਬਿਆਨ ਹੋਇਆ। ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਦਿਲ ਬਹਾਦਰ ਹੈ, ਇਹਨਾਂ ਦੀ ਜ਼ਿੰਦਗੀ ਦੇ ਇਹਨਾਂ ਦੀ ਵਰਤੋਂ ਵੀ ਬਹਾਦਰੀ ਦੀ ਰਹੀ ਹੈ। ਕੱਲ ਲੋਹੜੀ ਸੀ, ਕੱਲ ਆਪਾਂ ਘਰਾਂ ਦੇ ਵਿੱਚ ਆਪਾਂ ਲੋਹੜੀ ਮਨਾਈ ਤੇ ਤੁਸੀਂ ਦੱਸੋ ਕਿ ਲੋਹੜੀ ਵਾਲੇ ਦਿਨ ਲੋਕ ਕੀ ਵਾਰਾਂ ਗਾਉਂਦੇ ਆ, ਤੁਸੀਂ ਆਪਣੇ ਘਰਾਂ ਦੇ ਵਿੱਚ ਕੀ ਗੱਲਾਂ ਕੀਤੀਆਂ। ਦੋਸਤੋ, ਇਹ ਪੰਜਾਬ ਦਾ ਕਲਚਰ ਹੈ ਕਿ ਲੋਹੜੀ ਵਾਲੇ ਦਿਨ ਲੋਕ ਵਾਰਾਂ ਗਾਉਂਦੇ ਆ ਦੁੱਲੇ ਭੱਟੀ ਦੀਆਂ, ਲੋਕ ਵਾਰਾਂ ਗਾਉਂਦੇ ਆ ਜੈਮਲ ਫਤਿਹ ਦੀਆਂ, ਲੋਕ ਵਾਰਾਂ ਗਾਉਂਦੇ ਆ ਫਰੀਦ ਦੇ ਪੁੱਤ ਦੀਆਂ, ਤੇ ਕਿਸ ਤਰ੍ਹਾਂ ਲੋਕ ਅਤੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ ਦੁੱਲੇ ਧੀ ਵਿਆਹੀ ਸ਼ੇਰ ਸ਼ੇਰ ਸ਼ੱਕਰ ਪਾਈ। ਇਹ ਵਿਆਹ ਇਸ ਕਿਸਮ ਦੇ ਜਿਹੜੇ ਲੋਕ ਸਨ, ਜਿਹੜੇ ਦਰਦ ਬੰਦਾ ਦੇ ਦਰਦੀ ਸੀ, ਗਰਜ਼ ਬੰਦਾ ਦੀ ਗਰਜ਼ ਪੂਰੇ ਕਰਨ ਵਾਲੇ। ਅੱਜ ਦੋਸਤੋ ਇਹ ਜਿਹੜਾ ਪੰਜਾਬ ਦਾ ਕਲਚਰ ਹੈ, ਇੱਕ ਵਾਰੀ ਫੇਰ ਇਹ ਆਪਣਾ ਜੋ ਨਸਬੋ ਲੈਣ ਜੋ ਪੰਜਾਬ ਦੇ ਕਲਚਰ ਦਾ ਸ਼ੇਵਾ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਜਿਵੇਂ ਦੁੱਲਾ ਭੱਟੀ ਵਰਗੇ ਲੋਕ ਸੀ, ਜਿਹੜੇ ਗਰੀਬਾਂ ਦੇ ਲੜਕੀਆਂ ਦੇ ਮਾਸੂਮਾਂ ਦੇ ਵੀਰੋ ਇਹ ਜਿਹੜੇ ਕੰਮ ਆਉਂਦੇ ਸੀ, ਅੱਜ ਵੀਰੋ ਪੰਜਾਬ ਦੇ ਲੋਕਾਂ ਨੂੰ ਉਸ ਕਿਸਮ ਦੀ ਜਿਹੜੀ ਹੈ ਉਸ ਕਿਸਮ ਦਾ ਮਕਸਦ ਜ਼ਿੰਦਗੀ ਦਾ ਮਕਸਦ ਹੈ। ਜੇ ਆਪਾਂ ਕਿਸੇ ਦਰਦਮੰਦ ਦੀ, ਕਿਸੇ ਗਰਜ਼ਮੰਦ ਦੀ, ਕਿਸੇ ਗਰੀਬ ਦੀ, ਕਿਸੇ ਬਿਮਾਰ ਦੀ ਆਪਾਂ ਫਾਇਦਾ ਕਰ ਸਕੀਏ। ਇਸ ਕਰਕੇ ਦੋਸਤੋ ਅੱਜ ਇਸ ਜਲਸੇ ਦੇ ਵਿੱਚ ਦੁੱਲਾ ਭੱਟੀ ਨਹੀਂ ਰਿਹਾ, 40 ਮੁਕਤੇ ਨਹੀਂ ਗਏ, ਪਰ ਜਿਹੜਾ ਇਹ ਇਤਿਹਾਸ ਦੇਖੋ ਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਅਕਬਰ ਦੇ ਅੱਗੇ ਜਲਾਲਉਦੀਨ ਮੁਹੰਮਦ ਅਕਬਰ ਜਿਹਦਾ ਰਾਜ ਕਾਬੁਲ ਤੋਂ ਲੈ ਕੇ ਕੰਨਿਆਕੁਮਾਰੀ ਤਾਈ ਸੀ, ਉਹਦੇ ਸਾਹਮਣੇ ਬਹਾਦਰ ਹੋ ਕੇ ਬੋਲਣਾ ਬਿਨਾਂ ਕੋਈ ਛੋਟੀ ਗੱਲ ਨਹੀਂ ਹੁੰਦੀ। ਜਲਾਲਉਦੀਨ ਮੁਹੰਮਦ ਅਕਬਰ ਦੇ ਬਣਾਏ ਹੋਏ ਕਿਲੇ, ਉਹਨਾਂ ਕਿਲਿਆਂ ਨੂੰ ਕੋਈ ਟੀਪ ਕਰਨ ਵਾਲਾ ਨਹੀਂ ਬਚਿਆ, ਕਿਉਂਕਿ ਉਹਨਾਂ ਦੀ ਹਸਤੀ ਨਹੀਂ ਰਹੀ ਤੇ ਉਹਨਾਂ ਦੇ ਸਾਹਮਣੇ ਬੋਲਣਾ। ਇਸ ਕਰਕੇ ਵੀਰੋ ਦੁਨੀਆਂ ਤੋਂ ਤਾਂ ਚਲੇ ਜਾਣਾ, ਪਰ ਸਿਆਣੇ ਕਹਿੰਦੇ ਆ ਕਿ ਮੇਰਾ ਮੂੰਹ ਕੋਝਾ ਹੋਵੇ ਤਾਂ ਹੋਵੇ, ਮੇਰੀ ਕੰਧ ਕੋਝੀ ਨਾ ਹੋਵੇ। ਮੇਰੇ ਸਾਹਮਣੇ ਕੋਈ ਬੰਦਾ ਮੇਰੀ ਨਿੰਦਿਆ ਕਰ ਲੈ ਪਰ ਪਿੱਠ ਪਿੱਛੇ ਜਾਣ ਪਿੱਛੋਂ ਨਿੰਦਿਆ ਨਹੀਂ ਹੋਣੀ ਚਾਹੀਦੀ। ਇਸ ਕਰਕੇ ਦੋਸਤੋ ਜਿਹੜੇ ਅੱਜ ਤੁਸੀਂ ਇੰਨੇ ਵੱਡੇ ਇਕੱਠ ਦੇ ਵਿੱਚ ਸ਼ਾਮਲ ਹੋਏ ਹੋ, ਤੇ ਜਦੋਂ ਮੈਂ ਬਾਦਲ ਤੋਂ ਦੌਰਾਨੇ ਸਫ਼ਰ ਸੀ ਤੇ ਮੈਂ ਇਹ ਸੋਚ ਰਿਹਾ ਸੀ ਕਿ ਅੱਜ ਇਸ ਇਕੱਠ ਦੇ ਵਿੱਚ ਸਾਡੀ ਅਗਲੀ ਪੀੜ੍ਹੀ ਬੈਠੀ ਹੈ, ਸਾਡੀ ਅਗਲੀ ਨਸਲ ਬੈਠੀ ਹੈ, ਤੇ ਅਗਲੀ ਨਸਲ ਨੂੰ ਵੀਰੋ ਮੈਂ ਇਹ ਸੋਚ ਰਿਹਾ ਸੀ ਕਿ ਅੱਜ ਦੇਸ਼ ਨੂੰ ਆਜ਼ਾਦ ਹੋਇਆ 64 ਸਾਲ ਹੋ ਗਏ, ਤੇ ਅੱਜ ਲੇਖਾ ਜੋਖਾ ਕਰੀਏ ਕਿ ਆਜ਼ਾਦੀ ਜਿਹੜੀ ਹੈ ਆਜ਼ਾਦੀ ਤੋਂ ਸਾਨੂੰ ਕੀ ਲੱਭਿਆ ਤੇ ਆਜ਼ਾਦੀ ਚ ਅਸੀਂ ਕੀ ਗੁਆਇਆ। ਇਹ ਸੌਦਾ ਇਹ ਮੁਨਾਫੇ ਵਾਲਾ ਸੌਦਾ ਸੀ ਕਿ ਘਾਟੇ ਵਾਲਾ ਸੌਦਾ ਸੀ? ਅਗਲੀ ਪੀੜ੍ਹੀ ਨੂੰ ਨਵੀਂ ਨਸਲ ਨੂੰ ਸ਼ਾਇਦ ਇਹ ਯਾਦ ਨਾ ਹੋਵੇ ਕਿ ਜਿਹੜੇ ਸ਼ਹੀਦਾਂ ਦੇ ਵਤਨ ਸੀ ਉਹਨਾਂ ਨੇ ਕੀ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਕੀ ਸੁਪਨੇ ਸਨ, ਉਹਨਾਂ ਦੀਆਂ ਸਾਡੇ ਮੁਤਲਕ ਕੀ ਤਮੰਨਾ ਸੀ। ਪਰ ਵੀਰੋ ਜੇ ਉਹਨਾਂ ਨੂੰ ਵੀ ਭੁੱਲ ਜਾਈਏ ਤਾਂ ਇਸ ਪੰਜਾਬੀਆਂ ਦੇ ਕੱਠ ਦੇ ਵਿੱਚ ਦੋਸਤੋ ਉਹ ਵੀ ਲੋਕ ਹੋਣੇ ਹੈ ਜਿਹੜੇ 1947 ਦੇ ਵਿੱਚ ਰਾਵਲਪਿੰਡੀ ਦੇ ਵਿੱਚ
ਆਪਣੀਆਂ ਦੁਕਾਨਾਂ ਛੱਡ ਕੇ ਆਏ, ਸਰਕੋਟਿਆਂ ਦੇ ਵਿੱਚ ਆਪਣੀਆਂ ਜਾਇਦਾਦਾਂ ਛੱਡੀਆਂ, ਲਾਹੌਰ ਦੇ ਵਿੱਚ ਆਪਣੇ ਕਾਰੋਬਾਰ ਛੱਡੇ, ਪਿਸ਼ਾਵਰ ਦੇ ਵਿੱਚ ਆਪਣੇ ਘਰ ਛੱਡੇ ਤੇ ਮੁਲਤਾਨ ਤੇ ਬਾਵਲਪੁਰ ਦੇ ਵਿੱਚ ਆਪਣੀਆਂ ਜ਼ਮੀਨਾਂ ਛੱਡੀਆਂ, ਜਿੱਥੇ ਬਚਪਨ ਤੇ ਜਵਾਨੀ ਗੁਜ਼ਾਰੇ ਉਹ ਮਰੇ ਤੇ ਉਹ ਸ਼ਹਿਰ ਛੱਡੇ। ਸਾਰੀ ਜ਼ਿੰਦਗੀ ਦੀ ਕਮਾਈ, ਸਾਰੇ ਦੋਸਤ ਛੱਡ ਕੇ ਆਏ, ਹਜ਼ਾਰਾਂ ਦੇ ਜ਼ਿੰਦਗੀਆਂ ਦੇ ਨਜ਼ਰਾਨੇ ਦਿੱਤੇ, ਹਜ਼ਾਰਾਂ ਯਤੀਮ ਹੋਏ, ਹਜ਼ਾਰਾਂ ਔਰਤਾਂ ਬੇਵਾ ਹੋਈਆਂ, ਤੇ ਇਹ ਜਿਹੜੀ ਕੀਮਤ ਹੈ, ਇਹ ਕੀਮਤ ਕਿਸ ਕਰਕੇ ਦਿੱਤੀ? ਇਹ ਕੀਮਤ ਇਸ ਕਰਕੇ ਦਿੱਤੀ ਕਿ ਅੰਗਰੇਜ਼ ਦੀ ਗੁਲਾਮੀ ਦਾ ਤਾਂਤ ਜਿਹੜਾ ਉਹ ਸਾਡੇ ਘਰ ਤੋਂ ਨਿਕਲ ਜਾਏਗਾ। ਅਸੀਂ ਇੱਕ ਆਜ਼ਾਦ ਦੇਸ਼ ਦੇ ਵਿੱਚ ਮਿਹਨਤ ਤੇ ਮੁਹੱਬਤ ਨਾਲ ਅਸੀਂ ਆਪਣੀ ਜ਼ਿੰਦਗੀ ਗੁਜ਼ਾਰਾਂਗੇ। ਸਾਡੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਲਈ ਇੱਕ ਅੱਛਾ ਮੁਸਤਕਬਿਲ, ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਇਹ ਬਣਾ ਸਕਣਗੇ। ਤੇ ਵੀਰੋ, ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲ ਰਿਹਾ ਸਰਦਾਰ ਵੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਜਿਹੜੇ ਸੁਪਨੇ ਸਨ, ਇਹਨਾਂ ਸੁਪਨਿਆਂ ਤੋਂ ਅਸੀਂ ਫਰਾਮੋਸ਼ ਹੋਏ, ਇਹਨਾਂ ਸੁਪਨਿਆਂ ਨੂੰ ਨਜ਼ਰ ਅੰਦਾਜ਼ ਕੀਤਾ, ਇਹਨਾਂ ਸੁਪਨੇ ਜਿਹੜੇ ਹੈ ਇਹ ਚੱਕਣਾ ਚੂਰ ਹੋਏ, ਕਿਉਂਕਿ ਅੱਜ ਇਸ ਦੇਸ਼ ਦੇ ਵਿੱਚ ਗੁਰਬਤ ਤੇ ਮਖਲੂਸੀ ਹੈ। ਅੱਜ ਜ਼ਿਮੀਦਾਰ ਜਿਹੜਾ ਉਹ ਆਪਣੇ ਘਰ ਦਾ ਖਰਚਾ ਚਲਾਉਣ ਤੋਂ ਪਰੇਸ਼ਾਨ ਹੈ। ਅੱਜ ਇੱਕ ਮਾਂ ਆਪਣੇ ਬੱਚੇ ਦੇ ਇਲਾਜ ਲਈ ਧੱਕੇ ਖਾਂਦੀ ਫਿਰਦੀ ਹੈ, ਤੇ ਇੱਕ ਮਜ਼ਦੂਰ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਵੀ ਆਪਣੇ ਬੱਚਿਆਂ ਦਾ ਪੇਟ ਭਰ ਕੇ ਖਾਣਾ ਨਹੀਂ ਕਰਾ ਸਕਦਾ। ਅੱਜ ਇੱਕ ਸ਼ਰੀਫ ਬੰਦੇ ਵਾਸਤੇ ਦੋਸਤੋ ਜ਼ਿੰਦਗੀ ਜਿਹੜੀ ਹੈ ਇੱਕ ਬੋਝ ਬਣਦੀ ਹੈ। ਅੱਜ ਇਹ ਆਜ਼ਾਦੀ ਜਿਹੜੀ ਹੈ 4 ਸਾਲ ਬਾਅਦ, ਕੱਲ ਕਿਸੇ ਦਾ, ਕਿਸੇ MP ਦਾ ਮੈਨੂੰ ਰਾਜਸਥਾਨ ਤੋਂ ਫੋਨ ਆਇਆ ਤੇ ਉਹਨੇ ਮੈਨੂੰ ਗੱਲ ਸੁਣਾਈ। ਉਹ ਕਹਿੰਦਾ ਜੀ ਸਾਡੇ ਪਿੰਡ ਕਿਸੇ ਬਜ਼ੁਰਗ ਦੀ ਮੌਤ ਹੋ ਗਈ, ਤੇ ਜਦੋਂ ਮੌਤ ਹੋ ਗਈ ਉਹਦੇ 2 ਬੱਚੇ ਸੀ, ਤੇ ਜਦੋਂ ਬਾਪ ਦੀ ਹੱਥੀ ਪਈ ਸੀ ਉਹ ਜਦੋਂ ਚੱਕ ਕੇ ਲਿਜਾਣ ਲੱਗੇ, ਉਹ ਜਿਹੜੇ ਬੱਚੇ ਸਨ ਉਹਨਾਂ ਦਾ ਕੱਦ ਬਹੁਤ ਛੋਟਾ ਸੀ, ਮਰੇ ਸਨ, ਤੇ ਜਦੋਂ ਹੱਥੀ ਤੇ ਚੱਕ ਕੇ ਲਿਜਾਣ ਲੱਗੇ ਤਾਂ ਉਹਨਾਂ ਦੇ ਮੋਢਿਆਂ ਤੇ ਬਹੁਤ ਵੱਡਾ ਪਹਾੜ ਆ ਗਿਆ। ਉਹਨਾਂ ਨੇ ਸੋਚਿਆ ਔਖੇ ਹੈ ਤੇ ਮੋਢਾ ਬਦਲ ਲਈਏ ਤੇ ਆਪਾਂ ਪਿੱਛੇ ਹੋ ਜਾਂਦੇ ਹਾਂ, ਹੱਥੀ ਦੇ ਪਿੱਛੇ ਹੋ ਜਾਂਦੇ ਹੈ, ਪਰ ਸੀਤਾ ਮੰਦਰੇ ਤੇ ਜਦੋਂ ਪਿੱਛੇ ਗਏ ਫਿਰ ਉਹੀ ਬੋਲ ਜਿਹੜਾ ਉਹ ਪਿਛਲੇ ਪਾਸੇ ਆ ਗਿਆ, ਤੇ ਜਿਹੜੇ ਨਾਲ ਤੁਰੇ ਜਾਂਦੇ ਸੀ ਉਹ ਬੋਲੀ ਜਾਣ ਕਿ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ। ਤੇ ਜਿਹੜੇ ਮੁੰਡਿਆਂ ਤੇ ਬੋਲ ਸੀ ਉਹ ਕਹਿੰਦੇ ਭਰਾਵੋ ਸਾਡੀ ਤਾਂ ਇਹ ਵੀ ਉਹੀ ਗੱਤ ਹੈ, ਸਾਡੀ ਤਾਂ ਇਹ ਵੀ ਉਹੀ ਗੱਤ ਹੈ। ਅੱਜ ਵੀ ਉਹ ਜਿਹੜਾ ਗਰੀਬ ਹੈ ਉਹਦੀ ਤਾਂ ਉਹੀ ਗੱਤ ਹੈ, ਭਾਵੇਂ ਅੱਗੇ ਤੁਸੀਂ ਕਾਂਗਰਸ ਪਾਰਟੀ ਨੂੰ ਲਾ ਲਓ, ਭਾਵੇਂ ਦੂਜੇ ਪੁਰਾਣੇ ਬੇਲੀਆਂ ਨੂੰ ਲਾ ਲਓ, ਅੱਗਾ ਪਿੱਛਾ ਇਹੀ ਹੈ ਤੇ ਪਿਛਲਾ ਜਿਹੜਾ ਇਹ ਵੀ ਉਹ ਪਿਛਲੇ 4 ਸਾਲਾਂ ਤੋਂ ਇਹ ਗਰੀਬ ਹੀ ਪਿਛਦਾ ਹੈ। ਅੱਜ ਬੇਰੁਜ਼ਗਾਰੀ ਦਾ ਇਹ ਆਲਮ ਹੈ, ਤੁਸੀਂ ਆਪ ਇਸ ਨੂੰ ਤਸੱਵਰ ਕਰੋ ਕਿ ਸਾਡੇ ਬੱਚੇ, ਅਸੀਂ ਮਾਂ ਬਾਪ ਹੈ, ਮੈਂ ਵੀ ਮਾਂ ਬਾਪ ਹੈ, ਸਾਡੇ ਬੱਚੇ ਅਸੀਂ ਉਹਨਾਂ ਨੂੰ ਪਾਲਦੇ ਹਾਂ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ ਕਿ ਸਾਡੇ ਬੱਚੇ ਸਾਡੇ ਬੁਢੇਪੇ ਦਾ ਸਹਾਰਾ ਬਣਦੇ, ਤੇ ਸਾਡੇ ਵੱਡੀ ਉਮਰ ਦੇ ਵਿੱਚ ਸਾਡੀ ਸੇਵਾ ਕਰਨਗੇ। ਨੌਕਰੀ ਨਹੀਂ ਮਿਲਦੀ ਤੇ ਜਿਹੜੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਪਾਇਆ ਹੁੰਦਾ ਉਹੀ ਮਾਂ ਬਾਪ ਫਿਰ ਅਰਦਾਸਾਂ ਕਰਦੇ ਹੈ ਕਿ ਸਾਡਾ ਜਿਹੜਾ ਬੱਚਾ ਹੈ ਇਹ ਦੁਬਈ ਜਾਂ ਕਿਤੇ ਯੂਰਪ ਦੇ ਵਿੱਚ ਚਲਾ ਜਾਵੇ। ਤੇ ਵੀਰੋ, ਸਾਰੀ ਉਮਰ ਦੀ
जब आप पूंजी देनी है और जनता को दे देंगे, ते जेरे मां बाप ने बच्चे पाले हुए है ते वो ही अरदासा करते है कि साडा बच्चा साडे देश तो बाहर निकल जाए, साडे देश तो साडी अखा तो दूर हो जाए, ते ये अरदासा करते है ते वीरो ओ जेड़ा साडा भरा हुंदा है साडा बच्चा हुंदा है वो दुबई दे विच जाके और तपदी रेत दे विच जाके अपना खून पसीना इक करता है, वो गहरा दिया किरका खांदा है, किस वास्ते खांदा है कि मेरे पुटे बाप का कर्जा जेड़ा है वो मैं उतार सका, मेरी जेड़ी भैन है मेरी भैन भी मैं शादी कर सका। ते वीरो जिस देश लई आ खड़े है संधू साहब आ खड़े है भारत भूषण ते इस किस्म दीआं कुर्बानियां तो बाद वीरो जे बच्चे अपने देश तो बाहर निकले सी ता देश की इस दिन वास्ते आप आजादी मिली सी। दोस्तों मैं अज तुहाडे कोल ये बड़े दर्द नाल कहना है कि अज इस आजाद देश के थानिया दे विच इंसाफ फिकदा, अज इस आजाद देश के विच जिहड़ा साडा किसान है वो पटवारी दा ते तहसीलदार दा वो मोहताज है ते हर काम वास्ते रिश्वत आम है, ते साडा जिहड़ा पंजाब है ये अरबां करोड़ां दा ये करजई है, ये ओ धरती मां जिसका सीना चीर के अपने पसीने की खाद नाल किसान बिजाई करता है, ओ धरती मां जेड़ा कि सारे पंजाब की धरती जेड़ी है वो हसीन धरती जेड़ी कि सारे हिंदुस्तान नु ओ कलक भांते सबलियां खोंदी है। अज वीरो ओ धरती मां जेड़ी है ओ करजाई हो चुकी है, वीरो ओ हसीन धरती जिनू रब ने दरियावां दे हाल पाए, ओ हसीन धरती जिने एडे बहादुर बेटे बेटियां जमे जिन्हां ने कि हिंदुस्तान दे विच मां पैदा कीता, अज वीरो उस हसीन धरती नूं असीं फिर भी रखता है कर्जे दे विच रखता है।